ਭਾਰਤੀ ਫੌਜ ਅਗਲੇ ਮਹੀਨੇ ਤੋਂ ਅਗਨੀਪਥ ਸਕੀਮ ਤਹਿਤ ਸਿਪਾਈਆਂ ਲਈ ਭਰਤੀ ਰੈਲੀਆਂ ਸ਼ੁਰੂ ਕਰਨ ਜਾ ਰਹੀ ਹੈ ਫੌਜ ਵੱਲੋਂ ਜਾਰੀ ਜ਼ੋਨ ਵਾਰ ਸ਼ਡਿਊਲ ਅਨਸਾਰ ਰੈਲੀਆਂ 12 ਅਗਸਤ ਤੋਂ ਸ਼ੁਰੂ ਹੋਣਗੀਆਂ ਤੇ ਸਾਰੇ ਜ਼ਿਲ੍ਹਿਆਂ ਨੂੰ ਕਵਰ ਕਰਦੇ ਹੋਏ ਇਹ ਦੇਸ਼ ਭਰ ਵਿੱਚ ਦਸੰਬਰ ਤੱਕ ਚੱਲਣਗੀਆਂ ਇਸ ਵਿੱਚ ਮਹਿਲਾ ਅਗਨੀਵੀਰਾਂ ਦੀ ਭਰਤੀ ਲਈ ਰੈਲੀਆਂ ਵੀ ਕਰਵਾਈਆਂ ਜਾਣਗੀਆਂ ਜਿਸ ਤਹਿਤ ਫੌਜ ਸਿਰਫ ਕੋਰ ਆਫ ਮਿਲਟਰੀ ਪੁਲਿਸ ਵਿੱਚ ਮਹਿਲਾ ਅਗਨੀਵੀਰਾਂ ਦੀ ਭਰਤੀ ਕਰੇਗੀ ਯੋਜਨਾ ਤਹਿਤ ਪੜਾਵਾਰ ਢੰਗ ਨਾਲ 1700 ਔਰਤਾਂ ਨੂੰ ਸੀਐਮਪੀ ਵਿੱਚ ਸ਼ਾਮਲ ਕੀਤਾ ਜਾਵੇਗਾ ਪਿਛਲੇ ਮਹੀਨੇ ਅਗਨੀਪਤਰੀ ਯੋਜਨਾ ਦਾ ਐਲਾਨ ਕਰਦੇ ਹੋਏ ਸਰਕਾਰ ਨੇ ਕਿਹਾ ਸੀ ਕਿ ਇਸ ਸਾਲ ਇਸ ਯੋਜਨਾ ਦੇ ਤਹਿਤ 46000 ਅਗਨੀ ਵਿਰੋਧੀ ਭਰਤੀ ਕੀਤੀ ਜਾਵੇਗੀ ਇਹਨਾਂ ਵਿੱਚੋਂ 40000 ਅਸਾਮੀਆਂ ਫੌਜੀ ਅਤੇ 3000 ਹਵਾਈ ਫੌਜ ਅਤੇ ਇੰਨੀਆਂ ਹੀ ਜਲ ਸੈਨਾ ਲਈ ਹੋਣਗੀਆਂ